ਸ਼੍ਰੋਮਣੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਪਾਰ ਸੈਨਾ ਦੀ ਲੁਧਿਆਣਾ ਇਕਾਈ ਵੱਲੋਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਵਿਦੇਸ਼ਾਂ ਦੇ ਵਿੱਚ ਪਾਕਿਸਤਾਨ ਦੀ ਨਾਪਾਕ ਏਜੰਸੀ ISI ਦੇ ਉੱਤੇ ਟੁਕੜਿਆਂ ਦੇ ਪਲ ਰਿਹਾ ਜਿਹੜਾ ਗੁਰਪਤਵੰਤ ਪੰਨੂ ਹੈ, ਜਿਹਨੂੰ ਕਿ ਸਮਾਜਿਕ ਅਦਾਰਿਆਂ ਵੱਲੋਂ ਪੂਰਨ ਤੌਰ 'ਤੇ ਨਕਾਰਿਆ ਜਾ ਚੁੱਕਿਆ। ਇਹਦਾ ਕੋਈ ਏਜੰਡਾ ਨਹੀਂ ਹੈ, ਬੇਸਲੈਸ ਏਜੰਡੇ ਦੇ ਨਾਲ ਕੰਮ ਕਰ ਰਿਹਾ। ਕਦੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਡਾਲਰਾਂ ਦੇ ਲਾਲਚ ਦੇ ਕੇ ਇੱਥੇ ਝੰਡੇ ਲੜਾਉਣ ਲਈ ਕਹਿੰਦਾ, ਜਿਹੜੀ ਕੰਟਰੀ ਕੋਈ ਬਣੀ ਨਹੀਂ ਹਾਲੇ ਤੱਕ ਉਸ ਕੰਟਰੀ ਦੇ ਝੰਡੇ ਲੜਾਉਣ ਲਈ ਕਹਿੰਦਾ, ਫਿਰ ਇਹ ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਰਿਹਾ ਬਾਹਰ ਬੈਠ ਕੇ। ਔਰ ਉਹਦੇ ਬਾਅਦ ਜਿਹੜੀਆਂ ਇਹਦੀਆਂ ਟੈਰਰਿਸਟ ਐਕਟੀਵਿਟੀਆਂ ਨੇ ਉਹ ਲਗਾਤਾਰ ਲੋਕਾਂ ਦੇ ਸਾਹਮਣੇ ਆਈਆਂ, ਔਰ ਅੱਜ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਸਮੁੱਚੇ ਭਾਈਚਾਰੇ ਨੇ ਇਹਦਾ ਇੱਕ ਕੜਾ ਵਿਰੋਧ ਕਰਦੇ ਹੋਏ ਇਹਦੀ ਜਿਹੜੀ ਔਕਾਤ ਹੈ ਉਹ ਇਹਨੂੰ ਦਿਖਾਤੀ ਹੈ। 31 ਅਗਸਤ ਨੂੰ ਜਦੋਂ ਇਹਨੇ ਪੰਜਾਬ ਬੰਦ ਦੀ ਕਾਲ ਕੀਤੀ ਤਾਂ ਇੱਕ ਵੀ ਖੋਖਾ ਚਾਹ ਦਾ ਬੰਦ ਨਹੀਂ ਹੋਇਆ, ਲੋਕਾਂ ਨੇ ਇਹਦੀ ਸੋਚ ਨੂੰ ਨਕਾਰ ਦਿੱਤਾ। ਅੱਜ ਵੀ ਇਹਨੇ 13 ਸਤੰਬਰ ਨੂੰ ਇੱਕ ਪੰਜਾਬ ਦੇ ਅੰਦਰ ਕੋਸ਼ਿਸ਼ ਕੀਤੀ ਦੁਬਾਰਾ ਕਿ ਆਪਾਂ ਮਾਹੌਲ ਡਿਸਟਰਬ ਕਰੀਏ, ਅਮਨ ਸ਼ਾਂਤੀ ਦੀ ਭਾਈਚਾਰਕ ਸਾਂਝ ਨੂੰ ਤੋੜਨ ਦਾ। ਉਹਨੂੰ ਵੀ ਪੂਰੇ ਪੰਜਾਬੀਆਂ ਨੇ, ਹਿੰਦੂ ਸਿੱਖ ਭਾਈਚਾਰੇ ਨੇ ਮੂੰਹ ਤੋੜ ਜਵਾਬ ਦਿੰਦੇ ਹੋਏ ਇਹਦੀ ਕੌਲ ਨੂੰ ਨਾਕਾਮ ਕੀਤਾ। ਔਰ ਮੈਂ ਧੰਨਵਾਦ ਕਰਦਾ ਅੱਜ ਦੀ ਪ੍ਰੈਸ ਕਾਨਫਰੰਸ ਦੇ ਰਾਹੀਂ ਤਮਾਮ ਹਿੰਦੂ ਸਿੱਖ ਭਾਈਚਾਰੇ ਨੂੰ ਕਿ ਜਿਸ ਤਰੀਕੇ ਨਾਲ ਪਹਿਲੇ ਅਸੀਂ ਅੱਤਵਾਦ ਦੇ ਖਿਲਾਫ ਇਕਜੁੱਟ ਹੋ ਕੇ ਨਜਿੱਠਿਆ ਔਰ ਜਿੱਤ ਪ੍ਰਾਪਤ ਕੀਤੀ ਆ, ਉਸੇ ਤਰੀਕੇ ਨਾਲ ਅਸੀਂ ਅੱਜ ਇਹ ਸਮਾਜ ਤੋਂ ਨਕਾਰੇ ਹੋਏ ਗੁਰਪਤਵੰਤ ਪੰਨੂ ਵਰਗੇ ਸ਼ਖਸ ਦੀ ਮੂੰਹ ਤੋੜ ਜਵਾਬ ਦੇ ਕੇ ਉਹਨੂੰ ਨਕਾਰ ਰਹੇ ਹਾਂ, ਉਹਦੀ ਸਾਜ਼ਿਸ਼ਾਂ ਨੂੰ ਅਸੀਂ ਨਾਕਾਮ ਕਰ ਰਹੇ ਹਾਂ। ਔਰ ਅੱਗੋਂ ਵੀ ਅਸੀਂ ਇਸੇ ਤਰੀਕੇ ਨਾਲ ਇਕੱਠੇ ਹੋ ਕੇ ਤਕੜੇ ਹੋ ਕੇ ਗੁਰਪਤਵੰਤ ਪੰਨੂ ਦੀਆਂ ਤਮਾਮ ਇਹਨਾਂ ਚਾਲਾਂ ਨੂੰ ਨਾਕਾਮ ਕਰੀਏ। ਔਰ ਉਹਦੇ ਨਾਲ ਨਾਲ ਮੈਂ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਵਕਤਾ ਹੋਣ ਦੇ ਨਾਤੇ ਆਪਣੀਆਂ ਤਮਾਮ ਜਿਹੜੀਆਂ ਸਾਡੀਆਂ ਸੰਵਿਚਾਰਕ ਰਾਸ਼ਟਰਵਾਦੀ ਸੰਗਠਨ ਨੇ ਚਾਹੇ ਸ਼ਿਵ ਸੈਨਾ ਸੰਗਠਨ ਨੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਹੈ ਗੁਰਪਤਵੰਤ ਪੰਨੂ ਹੈ ਇਹ ਇਸ ਟਾਈਮ ਆਪਣੇ ਏਜੰਡੇ ਤੋਂ ਭਟਕ ਚੁੱਕਿਆ। ਇਹਨੇ ਜਿਹੜਾ ਇੱਕ ਦੇਸ਼ ਵਿਰੋਧੀ ਰੈਫਰੈਂਡਮ 2020 ਚਲਾਇਆ ਸੀਗਾ ਉਹਦੀ ਅੱਜ ਨਾਕਾਮੀ ਅਤੇ ਨਾਕਾਮਯਾਬੀ ਹੁੰਦੇ ਦੇਖ ਇਹ ਆਪਣੀਆਂ ਬੇਸਲੈਸ ਬਿਆਨ ਜਿਹੜੇ ਜਾਰੀ ਕਰ ਦਿੰਦਾ। ਸੋ ਅਸੀਂ ਲੋਕ ਇਹਦੇ ਬਿਆਨਾਂ 'ਤੇ ਜ਼ਿਆਦਾ ਗੌਰ ਨਾ ਕਰੀਏ, ਸਾਡੀ ਪੰਜਾਬ ਪੁਲਿਸ ਸਾਡੀ ਇੰਡੀਆ ਦੀ ਤਮਾਮ ਏਜੰਸੀਆਂ ਇਹਦੇ ਖਿਲਾਫ਼ ਬਹੁਤ ਜ਼ੋਰਾਂ ਨਾਲ ਕੰਮ ਕਰ ਰਹੀਆਂ, ਇਹਦੀਆਂ ਪ੍ਰਾਪਰਟੀਆਂ ਦਾ ਕੁਰਕ ਹੋ ਰਹੀਆਂ ਨੇ ਔਰ ਇਹਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇਹਦੇ ਸੰਗਠਨ ਨੂੰ ਪਲੱਸ ਇਹਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਬਲੈਕਲਿਸਟਡ ਕੀਤਾ ਜਾ ਚੁੱਕਾ ਵਾ। ਸੋ ਸਾਨੂੰ ਥੋੜ੍ਹਾ ਜਿਹਾ ਹੌਸਲਾ ਰੱਖ ਕੇ ਅਸੀਂ ਇਹਦੇ ਖਿਲਾਫ਼ ਲੜਾਈ ਜਿੱਤਣੀ ਹੈ, ਪਰ ਅਸੀਂ ਹੁਣ ਹੋਰ ਲੋਕਾਂ ਨੂੰ ਅਵੇਅਰ ਕਰਨ ਦੇ ਨਾਲ ਕੰਮ ਕਰੀਏ, ਇਹਨੂੰ ਤਵੱਜੋ ਦੇਣਾ ਬੰਦ ਕਰੀਏ।